ਉਮਰ ਬੰਦੇ ਦੀ ਨਹੀਂ ਪਈ ਜਾਂਦੀ ਬੰਦੇ ਸਹੀ ਨਹੀਂ ਨਾ ਉਮਰ ਬੰਦੇ ਦੀ ਇੰਨੀ ਪਈ ਜਾਂਦੀ ਹੈ ਜੋ ਘੋੜਾ ਪਿਆ ਸਰਾਤੇ ਉਹ ਅੱਗੇ ਰੱਖਦਾ ਸਾ ਕਾਲੇ ਪੁੱਜਣਾ ਚੁਣ ਕੱਢੇ ਨਹੀਂ ਚਿੱਟੇ ਝਾਟੇ ਅੱਗੇ ਪਾਉਂਦਾ ਹਾਂ ਲੱਠੇ ਦੇ ਬੋਸਟੀਆਂ ਅੱਜ ਪਾਏ ਨੀ ਪੁਰਾਣੇ ਪਾਟੇ ਸੂਰ ਬੰਦਾ ਦੌੜੂ ਪੂਰੇ ਨਹੀਂ ਹੋਣੇ ਜਿਹੜੇ ਪੈਰ ਕਾਟੇ ਲਾਹੌਰ ਤੇ ਸ਼ਿਕਾਰਾ ਨਹੀਂ ਉੱਥੇ ਨਾਲ ਉਹ ਜੋ ਕਸੂਰ ਮਾਨ ਨੇ ਬੁਲਾਇਆ ਨਾ ਜੀ ਹੈ ਦੁਨੀਆ ਤੇ ਹੋ ਦੁਨੀਆ ਜਿਹੜੇ ਇੱਥੋਂ ਘਾਟੇ ਪੈਣੇ ਨੇ ਉੱਥੇ ਜਾ ਕੇ ਪੂਰੇ ਨਹੀਂ ਹੋਣੇ ਉੱਥੇ ਤੇ ਬੰਦਾ ਆਖੇਦਾ ਯਾਰ ਲਾ ਇੱਕ ਵਾਰੀ ਹੁਣ ਮੈਨੂੰ ਘੱਲ ਤੇ ਮੈਂ ਰਵਾਂਗਾ ਇਹ ਬਾਦ ਵਿੱਚ ਉਹ ਫਿਰ ਟਾਈਮ ਨਹੀਂ ਲੱਗਣਾ ਫਿਰ ਟਾਈਮ ਤੇ ਖੋਤੇ ਵਾਂਗ ਨਾ ਜੜਾੜੀ ਛੱਡੇ ਅਸਮਾਨੇ ਦੀ ਗੱਲ ਦੱਸੀ ਨਾ ਬਾਬੇ ਕਸੂਰ ਮਾਨ ਉਹ ਖੋਤੇ ਵਾਂਗ ਨਾ ਜੜਾੜੀ ਛੱਡੇ ਉਹਨੂੰ ਆਖਦੇ ਨੇ ਬੰਦਾ ਧੜੇ ਦਾ ਤੇ ਜਿਹੜਾ ਭੌਂਕ ਕੇ ਕਿਸੇ ਦੇ ਘਰ ਪੈ ਜਾਵੇ ਉਹਨੂੰ ਆਖਦੇ ਨੇ ਜਿਗਰੇ ਬੜੇ ਦਾ ਹੈ ਤੇ ਦਾਨਿਸ਼ਮਾਨ ਦੀ ਗੱਲ ਨੂੰ ਸੁਣੇ ਕੋਈ ਨਾ ਵੇਖਿਆ ਪੈਜ ਫਰਾਡੀਆ ਪਰੇ ਦਾ ਹੈ ਨਾ ਸੱਜਣਾ ਆਸ ਨਾ ਦੁਸ਼ਮਣਾ ਡਰ ਕਸੂਰ ਬੰਦਾ ਟੱਕਰ ਵੀ ਕਿਹੜੇ ਘਰੇ ਦਾ ਉਹ ਜਿਹਦੀ ਕਿਸੇ ਨੂੰ ਆਸ ਨਹੀਂ ਜਾਂ ਡਰ ਹੀ ਨਹੀਂ ਉਹ ਕੀ ਹੈ ਇਹਨਾਂ ਤੋਂ ਹੋਣਾ ਚਾਹੀਦਾ ਜਾਂ ਕਿਸੇ ਦਾ ਰੋਹ ਹੋਣਾ ਚਾਹੀਦਾ ਜਾਂ ਕਿਸੇ ਦੇ ਆਸ ਹੋਣੀ ਚਾਹੀਦੀ ਹੈ ਮੇਰਾ ਬਾਈ ਕੋਈ ਕੰਮ ਕਰੇ ਰੂਮੀਆਂ ਕਸ਼ਮੀਰ ਆਰਫੇ ਖੜੀ ਹੋਈਆਂ ਮਾਊ ਬਖਸ਼ਰਾਮ ਪੁਲਾਲਾ ਦੇਖਦੇ ਨੇ ਆਤੋਂ ਬੈਲੀ ਤੇ ਸਭ ਜਗ ਬੈਲੀ ਤੇ ਅਨਬੈਲੀ ਵੀ ਬੈਲੀ ਸਜਣਾ ਬਾਜ ਮੁਹੰਮਦ ਬਖਸ਼ਾ ਆ ਸੁੰਜੀ ਦਿਸਦੀ ਐ ਹਵੇਲੀ ਆ ਦਰ ਤੇਰੇ ਤੜੀਆਂ ਰਗੜਾ ਤੇ ਜਿਵੇਂ ਬਾਲ ਆਈਆਂ ਇੱਕ ਨਿੱਕੀ ਜਿਹੀ ਜਿੱਦ ਕਰ ਬੈਠਾ ਉਹ ਖਾਲੀ ਮੈਂ ਨਹੀਂ ਜਾਣਾ ਜਦੋਂ ਕੋਈ ਨੀਤੂ ਹੋ ਕੇ ਟੁੱਟ ਜਾਂਦਾ ਨਾ ਉਹ ਫਿਰ ਗਿੜਗਿੜਾ ਕੇ ਜਦੋਂ ਉਹ ਮਾਲਕ ਆਉਂਦਾ ਮੇਰੇ ਕੋਲ ਗਿੜਗਿੜਾ ਕੇ ਕੋਈ ਦੋ ਅੱਥਰੂ ਸੱਤੋ ਤੇ ਮੈਂ ਕੋਈ ਦੱਸ ਸਾਫ਼ ਕਰ ਜਾਂਦਾ ਪਿਛਲਾ ਪਾਸਾ ਅਤੇ ਉਹ ਵੀ ਅੱਲਾਹ ਦੇ ਖਾਸ ਬੰਦੇ ਹੁੰਦੇ ਨੇ ਜਿੰਨਾ ਤੱਕ ਰੁਤੂ ਆਰਡਰ ਨਹੀਂ ਹੁੰਦਾ ਉਹ ਵੀ ਬੋਲਦੇ ਨਹੀਂ ਅਜਰ ਮੂਸਾ ਅਲੈਹ ਸਲਾਮ ਸਰ ਨਾ ਤੇ ਇੱਕ ਦਿਨ ਉਹਨਾਂ ਦੇ ਢਿੱਡੇ ਹੀ ਪੀੜ ਹੋਣ ਲੱਗ ਪਈ ਤੂੰ ਲੜ ਰਹੇ ਨਬੀ ਸਰ ਗੱਲਬਾਤ ਕਰਦੇ ਸਰ ਅੱਲਾਹ ਆਮ ਕਲਾਮ ਹੋਏ ਨਾ ਪਹਾੜ ਕੋਲ ਆਖਿਆ ਜੰਗਲ ਦੇ ਵਿੱਚ ਫਲਾਣੀ ਬੂਟੀ ਜਾਂ ਘੋੜ ਉਹ ਜਾ ਕੇ ਬੂਟੀ ਲਈ ਘੋੜ ਕੇ ਬੂਟੀ ਪੀ ਜਾ ਉਹ ਦੋ ਚਾਰ ਮਹੀਨੇ ਲੱਗੇ ਤਾਂ ਫਿਰ ਭੀੜ ਹੋ ਪਈ ਉਹ ਮੈਂ ਕਿਹਾ ਮੈਨੂੰ ਪਤਾ ਬੂਟੀ ਦਾ ਜਾ ਕੇ ਬੂਟੀ ਘੋੜ ਕੇ ਬੂਟੀ ਆਰਾਮ ਕੋਈ ਨਾ ਫਿਰ ਜਾ ਕੇ ਅੱਲਾ ਦੀ ਬਾਰਗਾਹ ਵਿੱਚ ਹਾਜ਼ਰ ਹੋਏ ਅਤੇ ਆਖਿਆ ਯਾਰ ਲਾ ਉਹ ਬੂਟੀ ਫਿਰ ਮੈਂ ਪੀਤੀ ਆਰਾਮ ਨਹੀਂ ਆਇਆ ਆਖਿਆ ਮੂਸਾ ਉਦੋਂ ਮੈਂ ਆਖਿਆ ਉਦੋਂ ਮੈਂ ਆਖਿਆ ਤੂੰ ਆਪੀ ਜਾ ਕੇ ਪੀਤੀ ਹੈ ਤੇ ਜਿਸ ਘਰ ਵਿੱਚ ਆਵਣ ਜਾਵਣ ਹੋਵੇ ਉੱਥੇ ਰਵੀਏ ਵਾਂਗ ਭਰਾਵਾਂ ਖਾਨੇ ਕਾਬੇ ਵਾਂਗੂ ਤੱਕੀਏ ਤੇ ਰੱਖੀਏ ਸਾਫ ਨਿਗਾਵਾਂ ਅਗਲੇ ਦੇ ਘਰ ਜਾਈਏ ਉਹਨੂੰ ਆਪਣੀ ਧੀ ਭੈਣ ਸਮਝੀਏ ਤਾਂ ਉੱਥੇ ਫਿਰ ਕਿਉਂ ਨਹੀਂ ਬਾਰਾਂ ਲੱਗਣੀਆਂ ਉਹਨਾਂ ਨੂੰ ਆਪਣੇ ਭੈਣ ਭਰਾ ਸਮਝਣੇ ਬਿਲਕੁਲ ਤੇ ਦਾਨਿਸ਼ਮੰਦਾਂ ਨੂੰ ਸੱਪ ਨਹੀਂ ਲੜਦਾ ਉਹ ਇੱਕ ਖੁੱਡੂ ਦੋ ਵਾਰੀ ਮੁੜ ਮੁੜ ਧੋਖੇ ਖਾਣ ਮੁਹੰਮਦ ਉਹ ਮਤ ਜਨਾ ਦੀ ਮਾਰੀ ਜੇ ਸਰਕਾਰ ਆਉਂਦੇ ਨੇ ਆ ਯਸਨਾ ਨਾਲ ਜਿਹਨੇ ਕੀ ਕਰੀਏ ਤੇ ਉਹ ਉਮਰਾਂ ਨਹੀਂ ਭੁਲਾਉਂਦੇ ਬੇਅਸਲਾਂ ਨਾਲ ਮੈਂ ਕੀ ਕਰੀਏ ਤੇ ਉਲਟਾ ਚਾ ਮਰਵਾਉਂਦੇ ਤੇ ਇਹ ਦੁਨੀਆ ਇੱਕ ਮੁਸਾਫਰ ਖਾਨਾ ਪਤਾ ਨਹੀਂ ਜਿਹੜਾ ਸਾਹ ਥੱਲੇ ਗਿਆ ਉਹਨੇ ਉੱਤੇ ਆਉਣਾ ਕਿ ਨਹੀਂ ਆਉਣਾ ਦਾਵੇ ਬੜੇ ਕਰਕੇ ਬੈਠੇ ਹਨ ਇਹ ਦੁਨੀਆ ਇੱਕ ਮੁਸਾਫਰ ਖਾਨਾ ਤੇ ਇੱਕ ਆਵੇ ਇੱਕ ਜਾਵੇ
ਜਿਸ ਦਿਨ ਫੇਰ ਮਿਲਾਂ ਦੇ